ਸਾਂਝ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਮਨਦੀਪ ਕੌਰ ਸੰਧੂ। ਆਓ ਇੱਕ ਨਜ਼ਰ ਪਾ ਲੈਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਕਰਜ਼ੇ ਦਾ ਦੇਂਤ ਆਏ ਦਿਨ ਹੀ ਕਿਸਾਨਾਂ ਨੂੰ ਨਿਗਲਦਾ ਹੀ ਜਾ ਰਿਹਾ ਤੇ ਹੁਣ ਬਰਨਾਲਾ ਦੇ ਇੱਕ ਕਿਸਾਨ ਨੂੰ ਇਸ ਕਰਜ਼ੇ ਦੇ ਦੇਂਤ ਨੇ ਨਿਗਲਿਆ ਤੇ ਜਿਸ ਕਿਸਾਨ ਦੇ ਸਿਰ ਤੇ 10 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਕਾਰਨ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਬਰਨਾਲਾ ਦੇ ਪਿੰਡ ਛੰਨਾ ਦਾ ਕਿਸਾਨ ਰਣਜੀਤ ਸਿੰਘ ਕਿਸਾਨੀ ਕਰਜ਼ੇ ਦੇ ਚੱਲਦਿਆਂ ਮੌਤ ਨੂੰ ਗਲੇ ਲਾ ਗਿਆ। ਇਸ ਸਾਰੀ ਘਟਨਾ ਦੀ ਜਾਣਕਾਰੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਕਰਮੀਆਂ ਨੂੰ ਦਿੱਤੀ। ਇਹ ਬਾਈ ਪਰੇਸ਼ਾਨ ਰਹਿੰਦਾ ਸੀਗਾ ਜੀ, ਇਹਦੇ ਸਿਰ ਕਰਜ਼ਾ ਸੀਗਾ, ਕੁਛ ਬੈਂਕਾਂ ਦਾ ਸੀ, ਕੁਛ ਆੜ੍ਹਤੀਆਂ ਵਗੈਰਾ, ਕੁਛ ਪਿੰਡ ਦਾ, ਪਰੇਸ਼ਾਨ ਰਹਿੰਦਾ ਸੀਗਾ। ਕਿਸੇ ਦੀ ਮੋਟਰ ਦੇ ਗੁਆਂਢੀ ਉੱਤੇ ਕੁਛ ਖਾ ਲਿਆ ਅਤੇ ਆਤਮ ਹੱਤਿਆ ਕਰ ਲਈ ਜੀ। ਕਿੰਨੀ ਜ਼ਮੀਨ ਸੀ, ਕਿੰਨੀ ਮੋਟੀ ਜ਼ਮੀਨ? ਇਹਦੇ ਕੋਲ 2.5-3 ਕਿੱਲੇ ਜ਼ਮੀਨ ਤੀ ਜੀ, ਬਸ ਉਮਰ ਇਹਦੀ ਹੋਣੀ 38 ਸਾਲ ਦੀ ਜੀ। ਪਹਿਲਾਂ ਵੀ ਜ਼ਮੀਨ ਇਹਦੀ ਵਿਕੀ ਕਰਦੇ ਕਰਕੇ? ਪਹਿਲਾਂ ਵੀ ਇਹਨੇ ਕਿੱਲਾ ਵੇਚਿਆ ਜੀ ਕਰਜ਼ੇ ਕਰਕੇ। ਹਾਂ ਜੀ। ਜਦ ਇਸ ਬਾਬਤ SHO ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਤਲਾਹ ਮਿਲੀ ਕਿ ਰਣਜੀਤ ਸਿੰਘ ਸਨ ਆਫ ਮਹਿੰਦਰ ਸਿੰਘ, ਕੌਮ ਜੱਟ ਵਾਸੀ, ਫਤਿਹਗੜ੍ਹ ਛੰਨਾ, ਜਿਸ ਦੀ ਕਿ ਉਮਰ ਕਰੀਬ 35 ਸਾਲ ਦੇ ਲਗਭਗ ਸੀ, ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਸੀਗਾ, ਅਤੇ ਜਿਸ ਦੀ ਕਿ ਮੌਤ ਉਹਦੇ ਚਾਚੇ ਦੀ ਮੋਟਰ 'ਤੇ ਉਹਦੀ ਮੌਤ ਹੋਈ ਹੈ। ਇਸ ਬਾਰੇ ਇਤਲਾਹ ਮਿਲੀ ਸੀ ਅਤੇ ਮੌਕੇ 'ਤੇ ਪੁਲਿਸ ਪਾਰਟੀ ਜਾ ਕੇ ਅਤੇ ਉਹਦੀ ਘਰਵਾਲੀ ਬਲਜੀਤ ਕੌਰ ਦੇ ਬਿਆਨ ਦੇ ਅਨੁਸਾਰ ਇਹ ਵਿਅਕਤੀ ਫਸਲੀ ਕਰਜ਼ੇ ਤੋਂ ਪਰੇਸ਼ਾਨ ਰਹਿੰਦਾ ਸੀ, ਜਿਸ ਕਰਕੇ ਇਹਨੇ ਕੋਈ ਚੀਜ਼ ਨਿਕਲਣ ਕਰਕੇ ਅਤੇ ਇਹਦੀ ਮੌਤ ਹੋ ਗਈ ਹੈ, ਅਤੇ ਜਿਸ ਸੰਬੰਧੀ 174 CRPC ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜ਼ਿਕਰ ਖਾਸ ਹੈ ਕਿ ਸਰਕਾਰ ਨੇ ਕਰਜ਼ੇ ਮਾਫ਼ ਦਾ ਟਿੰਡੋਰਾ ਪਿੱਟ ਕੇ ਕਿਸਾਨੀ ਵੋਟ ਤੇ ਹਾਸਿਲ ਜ਼ਰੂਰ ਕਰ ਲਈ, ਪਰ ਹੁਣ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਬਰਨਾਲਾ ਤੋਂ ਕਮਲਜੀਤ ਸਿੰਘ ਸੰਧੂ ਦੀ ਰਿਪੋਰਟ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਐਲਾਨ ਕਰਤਾ ਕਿ ਹੁਣ ਪੰਜਾਬ ਦੇ ਬੱਚਿਆਂ ਨੂੰ ਚਾਈਨੀਜ਼ ਭਾਸ਼ਾ ਵੀ ਸਿਖਾਈ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਇੱਕ ਵਿਲੱਖਣ ਹੀ ਬਿਆਨ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਚਾਈਨੀਜ਼ ਭਾਸ਼ਾ ਸਿਖਾਉਣਗੇ। ਕੈਪਟਨ ਨੇ ਸਦਨ ਵਿੱਚ ਦੱਸਿਆ ਕਿ ਚੀਨ ਇੱਕ ਬੜਾ ਹੀ ਮਹੱਤਵਪੂਰਨ ਦੇਸ਼ ਹੈ, ਅਸੀਂ ਪੰਜਾਬ ਵਿੱਚ ਬੱਚਿਆਂ ਨੂੰ ਚਾਈਨੀਜ਼ ਭਾਸ਼ਾ 94 ਵਿਸ਼ੇ ਦੇ ਤੌਰ ਤੇ ਪੜ੍ਹਾਵਾਂਗੇ। ਆਪਸ਼ਨਲ ਲੈਂਗੁਏਜ ਇਨ ਦਸ ਅਪਰ ਕਲਾਸਿਸ 10th, 12th, 11th, ਦੈਟ ਸੋਰਟ ਆਫ ਥਿੰਗ, ਐਂਡ ਇੰਗਲਿਸ਼ ਇਨ ਦ ਲੋਅਰ ਕਲਾਸਿਸ ਟੂ ਸਟਾਰਟ ਕਰੀਏ। ਆਪਸ਼ਨ ਏ, ਇਟਸ ਨਾਟ ਚਾਈਨੀਜ਼, ਯੂ ਕੈਨ ਹੈਵ ਇਟਾਲੀਅਨ, ਯੂ ਕੈਨ ਹੈਵ ਫਰੈਂਚ, ਐਵਰੀਥਿੰਗ। ਇੰਡੀਆ ਵਾਸਤੇ ਚਾਈਨਾ ਇਜ਼ ਬਿਕਮਿੰਗ ਐਨ ਇੰਪੋਰਟੈਂਟ ਐਸਪੈਕਟ। ਸਾਰਾ ਤਾਂ ਅਸੀਂ ਸਰਾਊਂਡ ਹੋਏ ਹਾਂ ਚਾਈਨੀਜ਼ ਤੋਂ, ਸੋ ਇਟ ਇਜ਼ ਨੈਸੈਸਰੀ ਦੈਟ ਵਨ ਆਫ ਦ ਚਾਈਨੀਜ਼ ਲੈਂਗੁਏਜਿਸ, ਐਂਡ ਚਾਈਨੀਜ਼ ਲੈਂਗੁਏਜਿਸ ਵੀ ਕਈ ਨਹੀਂ, ਸੋ ਆਈ ਥਿੰਕ ਰਾਦਰ ਦੈਨ ਕੈਂਟੋਨੀਜ਼ ਇਟ ਇਜ਼ ਦੀ ਅਦਰ ਵਨ ਦੈਟ ਸੀਮਸ ਟੂ ਬੀ ਮੋਰ ਇਫੈਕਟਿਵ, ਬਟ ਦੈਟਸ ਨਾਟ ਫੋਰ ਮੀ ਟੂ ਸੇ, ਉਹ ਤਾਂ ਚੈੱਕ ਕਰ ਲਾਂਗੇ ਅਸੀਂ ਕਿ ਕਿਹੜੀ ਕਿਹੜੀ ਚਾਈਨੀਜ਼ ਲੈਂਗੁਏਜ ਸ਼ੁਡ ਬੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬੀ ਦਾ ਵਿਕਾਸ ਵੀ ਜ਼ਰੂਰੀ ਹੈ, ਪਰ ਨੌਜਵਾਨਾਂ ਨੂੰ ਅੱਗੇ ਵਧਣ ਲਈ ਅੰਗਰੇਜ਼ੀ ਆਉਣੀ ਲਾਜ਼ਮੀ ਹੈ। ਬਿਊਰੋ ਰਿਪੋਰਟ। ਹਮੇਸ਼ਾ ਹੀ ਬਾਦਲਾਂ ਦੇ ਖਿਲਾਫ ਤੇਜ਼ ਤਰਾਰ ਬੋਲਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿਖੇ ਬਾਦਲਾਂ ਨੂੰ ਫੇਰ ਤੋਂ ਘੇਰਿਆ ਤੇ ਨਾਲ ਹੀ ਮਜੀਠੀਆ ਤੇ ਕੁਝ ਇਸ ਪ੍ਰਕਾਰ ਹਮਲਾ ਕੀਤਾ। ਵਿਧਾਨ ਸਭਾ 'ਚ ਸਿੱਧੂ ਤੇ ਮਜੀਠੀਆ ਦੀ ਹੋਈ ਤੂੰ ਤੂੰ ਮੈਂ 'ਚ ਹੁਣ ਸਿੱਧੂ ਦਾ ਪਾਰਾ 7 ਅਸਮਾਨੀ ਚੜ੍ਹਦਾ ਜਾ ਰਿਹਾ ਹੈ। ਨਵਜੋਤ ਸਿੱਧੂ ਨੇ ਚੰਡੀਗੜ੍ਹ 'ਚ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਬਾਦਲਾਂ ਨੂੰ ਘੇਰਿਆ।
जब भी सरकार आती है फाइव स्टार होटल कौन बनाता है, पंजाब के होटल कौन मारता है, किसकी ऑर्बिट बसें चलती हैं, पीआरटीसी क्यों मर गई, है जवाब? गप्पा ने गप्पा सुन ला मेरी गल काका, जवाब नहीं गा कि ना कोई जवाब नहीं गा, सुरलियां छड़ दे है। मैं 35 बार कह लिया, विधानसभा च भी रौला पाने हो, रौला पा के भज जाने हो, इत्थे भी कह रहे हैं बादल पिंड ला कुर्सी ते सिद्धू आउंदा है ते जवाब दे भी तेरे होटल फाइव स्टारां च नूडल खाना जिथे तू ते ड्रामे करदा खड़ के, वो ते चलदे आ मुनाफियां च, हैं पंजाब दे होटल सारे मारते, तेरियां बसां एक बस हुंदी सी इहनां कोल मंत्री तों पुछ ली डब वाली, अज्ज 1000 बस चलदी है, अज्ज भी उत्थे बैंस खड़ा हो के कहिंदा 10 बसां इहनां दीआं लुधियाणे दे विच सेंटर च खड़दियां ने आके, लखी दिंदा टाइम टेबल क्यों दिंदा है, किद्दां दिंदा है, हैं ਗੱਲਾਂ ਕਰਦੇ ਆ ਇਹ ਇਹਨਾਂ ਕੋਲ ਅੰਦਰ ਚੱਕ ਕੇ। ਮੈਂ ਕਿਹਾ ਸਾਡੀ ਸਰਕਾਰ ਤੇ ਹਜੇ 1 ਸਾਲ ਹੋਇਆ ਮਿੱਤਰਾ, 10 ਸਾਲ ਇਹਨਾਂ ਨੇ ਜਿਹੜੇ ਜ਼ੁਲਮ ਕੀਤੇ ਆ ਠੋਕੇ ਤਾਂ ਹੈ, ਤਾਂ ਹੀ ਤੇ 4 ਇਲੈਕਸ਼ਨ ਹਾਰਿਆ। ਇਸ ਦੇ ਨਾਲ ਹੀ ਸਿੱਧੂ ਨੇ ਮਜੀਠੀਆ ਬਾਰੇ ਵੀ ਕੁਝ ਅਜਿਹੇ ਬੋਲ ਬੋਲ ਦਿੱਤੇ। ਬਿਆਨਾਂ ਲੀਕ ਕਰਕੇ ਸਾਰਾ ਆਪਣੇ ਬੋਝਿਆਂ 'ਚ ਪਾਇਆ। ਇੱਕ ਟੁੱਟੀ ਕਵਾਲਸ ਹੁੰਦੀ ਸੀ ਇਸ ਤਸਕਰ ਕੋਲ, ਟੁੱਟੀ ਕਵਾਲਸ, ਤੇ ਮੈਨੂੰ ਕਹਿੰਦਾ ਹੁੰਦਾ ਸ਼ੂਪ ਪੀ ਲਓ, ਸ਼ੂਪ ਸਿੱਧੂ ਸਾਹਿਬ ਨੂਡਲ ਪਾ ਕੇ ਸ਼ੂਪ, ਹੈਂ। ਮੈਂ ਇਹਨੂੰ 10 ਲੱਖ ਦੀ ਥਾਂ 'ਤੇ 20 ਲੱਖ ਰੁਪਈਆ ਦਿੰਦਾ ਹੁੰਦਾ ਸੀ। ਟੁੱਟੀ ਕਵਾਲਸ ਦੀ ਥਾਂ ਦੇ ਉੱਤੇ ਅੱਜ ਇਹਦੇ ਕੋਲ ਰੇਂਜ ਰੋਵਰ ਕਿੱਥੋਂ ਆਏ, ਇਹਦੀਆਂ ਮਿੱਲਾਂ ਬੰਦ ਪਈਆਂ ਹੁੰਦੀਆਂ ਸੀ, ਇਹਨੂੰ ਪੁੱਛੋ ਕਿੱਥੋਂ ਆਈਆਂ, ਜਾਂਚ ਕਰਾਈ, ਹੈਂ ਜਾਂਚ, ਸਾਰੀ ਜਾਂਚ ਹੋਈ ਹੋਈ ਹੈ ਤਾਂ ਹੀ ਤਾਂ ਫੜ੍ਹ ਆਏ ਨੇ। ਮਿੱਤਰ ਪਿਆਰੇ, ਸਿੱਧੂ ਦੀ ਆਵਾਜ਼ ਨਿਕਲਦੀ ਹੈ, ਪ੍ਰਮਾਣ ਦੇਣ ਦੀ ਲੋੜ ਨਹੀਂ, ਸੂਰਜ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਕਿ ਉਹਦੇ 'ਚ ਪ੍ਰਕਾਸ਼ ਆ, ਉਹਦਾ ਤੇਜ਼ ਪ੍ਰਮਾਣ ਆ, ਉਹਦਾ ਸੱਚ ਪ੍ਰਮਾਣ ਹੈ। ਕਰ ਲਿਆ ਕੁਛ ਇਹਨਾਂ ਨੇ, ਅਸੀਂ ਤਾਂ ਸਵਾਰਥ ਨਹੀਂ ਰੱਖਿਆ, ਅਸੀਂ ਤਾਂ ਰਾਜ ਸਭਾ ਛੱਡੀ, ਇਹਨੂੰ ਪੁੱਛ ਸਰਪੰਚੀ ਛੱਡੀ ਹੋਵੇ ਕਦੇ, ਦੱਸ ਤਾਂ ਸਹੀ ਛੱਡਿਆ ਕੁਛ ਇਹਨਾਂ ਨੇ, ਪੰਚ ਤੋਂ ਬਣੇ ਨਹੀਂ। ਮੈਂ ਕਿਹਾ ਫਿਰ ਉਹੀ ਗੱਲ, ਇਹ ਤਾਂ ਸਰਪੰਚੀ ਨਾਲ ਛੱਡਣੇ, ਇਹ ਤੇ ਮਤਲਬ ਢਾਬੇ ਵਾਲਿਆਂ ਨਹੀਂ ਛੱਡੇ ਇਹਨਾਂ ਨੇ, ਢਾਬੇ ਵਾਲੇ ਛੱਡੇ ਇਹਨਾਂ ਨੇ। ਉਹ ਤੂੰ ਸੁਣ ਮਿੱਤਰਾ, ਹੁਣ ਮੇਰੀ ਗੱਲ ਸੁਣ, ਜਿਹੜਾ ਤੂੰ ਗੱਲ ਸਵਾਲ ਉਠਾਈ ਹੈ ਨਾ, ਹੁਣ ਜਵਾਬ। ਇੱਥੇ ਦੱਸ ਦਈਏ ਕਿ ਪੂਰੇ ਸੂਬੇ 'ਚ ਕੈਪਟਨ ਦੇ ਰਾਜ ਵਿੱਚ ਵੀ ਬਾਦਲਾਂ ਦੀਆਂ ਬੱਸਾਂ ਦੀ ਚੜ੍ਹਾਈ ਹੈ। ਅੱਡਿਆਂ 'ਚ ਜਿੱਥੇ ਬੱਸਾਂ ਨੂੰ 20 ਮਿੰਟ ਤੋਂ 40 ਮਿੰਟ ਸਵਾਰੀਆਂ ਭਰ ਲਈ ਦਿੱਤੇ ਜਾਂਦੇ ਨੇ, ਉੱਥੇ ਹੀ ਰੋਜ਼ਾਨਾ ਰੋਡਵੇਜ਼ ਨੂੰ ਸਿਰਫ 10 ਮਿੰਟ ਹੀ ਦਿੱਤੇ ਜਾਂਦੇ ਨੇ, ਜਿਸ ਨੂੰ ਲੈ ਕੇ ਸਿੱਧੂ ਨੇ ਚੰਗੀ ਤਰ੍ਹਾਂ ਆਪਣੇ ਦਿਲ ਦੀ ਭੜਾਸ ਕੱਢੀ। ਬਿਊਰੋ ਰਿਪੋਰਟ। ਬੈਂਸ ਭਰਾਵਾਂ ਨੇ ਵਿਧਾਨ ਸਭਾ ਦੇ ਬਾਹਰ ਹੀ ਰੇਤ ਦੀ ਦੁਕਾਨ ਖੋਲ੍ਹੀ ਹੈ। ਆਖਰ ਇਹ ਦੁਕਾਨ ਕਿਉਂ ਖੋਲ੍ਹੀ ਗਈ, ਆਓ ਨਜ਼ਰ ਮਾਰਦੇ ਹਾਂ ਸਾਡੀ ਖਾਸ ਰਿਪੋਰਟ ਤੇ। ਬੈਂਸ ਭਰਾਵਾਂ ਨੇ ਵਿਧਾਨ ਸਭਾ ਦੇ ਬਾਹਰ ਰੇਤ ਮਾਫੀਆ ਦਾ ਵਿਰੋਧ ਕਰਦੇ ਹੋਏ ਰਾਜਾ ਰੇਤ ਸਟੋਰ ਦੇ ਨਾਂ ਤੋਂ ਦੁਕਾਨ ਲਾ ਲਈ। ਸਿਮਰਜੀਤ ਬੈਂਸ ਦਾ ਕਹਿਣਾ ਹੈ ਕਿ ਪੰਜਾਬ 'ਚ ਰੇਤ ਬਹੁਤ ਮਹਿੰਗੀ ਹੋਈ ਪਈ ਹੈ ਤੇ ਜੇਕਰ ਇਹੀ ਹਾਲ ਰਿਹਾ ਤਾਂ ਰੇਤ ਮਾਲ ਦੇ ਵਿੱਚ ਮਿਲਣੀ ਸ਼ੁਰੂ ਹੋ ਜਾਵੇਗੀ। ਸੋ ਅਸੀਂ ਅੱਜ ਇਹ ਜਿਹੜਾ ਸ਼ੋਰੂਮ ਸਰਕਾਰ ਨੂੰ, ਜਿਹੜੀ ਮਾਫੀਆ ਸਰਕਾਰ ਆ, ਜਿਹੜੇ ਉਹ 14 ਦੇ ਬਰਾਜਮਾਨ ਲੋਕ ਬੈਠੇ ਆ, ਜੇ ਬੈਂਸ ਪੰਜਾਬ ਵਿਧਾਨ ਸਭਾ ਦੇ ਅੰਦਰ ਨਾਮ ਲੈਂਦਾ, ਕਹਿੰਦੇ ਨਾਮ ਕਿਉਂ ਲੈਣਾ, ਅੱਜ ਨੰਗਲ, ਰੋਪੜ, ਪਠਾਨਕੋਟ, ਰਾਤ ਨੂੰ 500-500 ਗੱਡੀਆਂ ਦੇ ਫਲੀਟ, 500-500 ਟਰੱਕਾਂ ਟਿੱਪਰਾਂ ਦੇ ਫਲੀਟ, ਅੰਨੇ ਵਾਹ ਮਾਈਨਿੰਗ ਕਰਕੇ ਰੇਤਾ 40-40, 45-45 ਹਜ਼ਾਰ ਰੁਪਏ ਦਾ ਟਰੱਕ ਵੇਚ ਰਹੇ ਆ। ਅਸੀਂ ਅੱਜ ਇਹ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ ਦਿੰਦੇ ਹਾਂ ਕਿ ਜਿੰਨੀਆਂ ਨਿਲਾਮ ਹੋਈਆਂ ਲੀਗਲ ਖੱਡਾਂ ਚਾਲੂ ਨਾ ਕੀਤੀਆਂ, ਅਸੀਂ ਉਹਨਾਂ ਨਿਲਾਮ ਹੋਈਆਂ ਲੀਗਲ ਖੱਡਾਂ ਦੇ ਵਿੱਚ 10 ਦਿਨ ਦੇ ਵਿੱਚ ਇਹਨਾਂ ਨੇ ਚਾਲੂ ਕੀਤੇ, ਅਸੀਂ ਜਾਵਾਂਗੇ ਲੋਕਾਂ ਨੂੰ ਰੇਤ ਭਰਾਵਾਂਗੇ, ਚਾਹੇ ਉਹਦੇ ਵਾਸਤੇ ਸਾਨੂੰ ਜੇਲ੍ਹ ਭਰੋ ਅੰਦੋਲਨ ਦੀ ਸ਼ੁਰੂਆਤ ਕਰਨੀ ਪਵੇ, ਅਸੀਂ ਇਨਕਲਾਬ ਜਿੰਦਾਬਾਦ ਬੋਲਦੇ ਹੋਏ ਜੇਲ੍ਹਾਂ 'ਚ ਵੀ ਜਾਵਾਂਗੇ। ਬੈਂਸ ਨੇ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਨੇ ਨਿਲਾਮ ਹੋਈਆਂ ਖੱਡਾਂ ਚਾਲੂ ਨਾ ਕਰਵਾਈਆਂ ਤਾਂ ਉਹ ਲੋਕਾਂ ਨੂੰ ਖੱਡਾਂ 'ਚੋਂ ਰੇਤ ਚੁਕਵਾਉਣਗੇ। ਬਿਊਰੋ ਰਿਪੋਰਟ।
ਅੱਜ ਦੇ ਬੁਲੇਟਿਨ ਦੇ ਵਿੱਚ ਸਿਰਫ ਇੰਨੇ, ਜੁੜੇ ਰਹੋ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਾਂਝ ਟੀਵੀ ਦੇ ਨਾਲ।